ਇਹ ਸ਼ਾਹੀ ਖਾਣੇ ਖਾਂਦੇ ਆ ਕੋਈ ਚੰਡੀਗੜ੍ਹ ਖਾਂਦਾ ਹੈ ਤੇ ਕੋਈ ਦਿੱਲੀ ਵਾਲੇ ਸ਼ਾਹੀ ਪਰਿਵਾਰਾਂ ਕੋਲ ਜਾ ਕੇ ਬੈਠਦਾ ਉੱਥੇ ਗੱਲ ਕਿਉਂ ਨਹੀਂ ਕਰਦੇ ਜ਼ਿੰਮੇਵਾਰੀ ਨਿਭਾਉਣੀ ਕਿਹਨੇ ਆ ਬਿਜਲੀ ਹੈਗੀ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਕਰਕੇ ਤੁਹਾਡੇ ਕਰਕੇ ਨਹੀਂ ਆ ਪਰ ਤੁਹਾਡੇ ਕੋਲੋਂ ਮੈਨੇਜ ਨਹੀਂ ਹੋ ਰਿਹਾ ਸਿਸਟਮ ਤੁਸੀਂ ਤਾਂ ਇੰਨੇ ਨਖਿੱਧ ਨਿਕਲੇ ਕਿ ਬਣਿਆ ਹੋਇਆ ਕੰਮ ਜਿਹੜਾ ਉਹਨੂੰ ਤੁਸੀਂ ਚਲਾ ਵੀ ਨਹੀਂ ਸਕਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਚੋਣ ਸਮਝੌਤੇ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਵਰਕਰਾਂ ਅਤੇ ਆਗੂਆਂ ਦੇ ਵਿੱਚ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਅਤੇ ਉੱਤੇ ਹੀ ਵਿਰੋਧੀ ਪਾਰਟੀਆਂ ਇਸ ਸਮਝੌਤੇ ਦੇ ਨਾਲ ਬੁਰੀ ਤਰ੍ਹਾਂ ਨਾਲ ਹਿੱਲ ਚੁੱਕੀਆਂ ਨੇ ਇਸ ਤੋਂ ਇਲਾਵਾ ਡਾਕਟਰ ਚੀਮਾ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਣ ਵਾਲੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਕੇਸ ਕਰਨ ਦਾ ਭਾਵ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੁਸ਼ਤਪਨਾਹੀ ਦੇ ਹੇਠ ਚੱਲ ਰਿਹਾ ਹੈ ਨਜਾਇਜ਼ ਖਾਣਨ ਦਾ ਕਾਰੋਬਾਰ ਅੱਜ ਨੂਰਪੁਰ ਬੇਦੀ ਦੇ ਕਲਮਾ ਪਿੰਡ ਵਿਖੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਨੌਜਵਾਨ ਵਿੰਗ ਦੇ ਵਰਕਰਾਂ ਅਤੇ ਆਗੂਆਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਆ ਟਿਊਬਵੈੱਲਾਂ ਨੂੰ ਬਿਜਲੀ ਨਹੀਂ ਮਿਲ ਰਹੀ ਘਰਾਂ ਨੂੰ ਬਿਜਲੀ ਨਹੀਂ ਮਿਲ ਰਹੀ ਉਹਦੇ ਨਾਲ ਦੁਕਾਨਦਾਰਾਂ ਨੂੰ ਬਿਜਲੀ ਨਹੀਂ ਮਿਲ ਰਹੀ ਇੰਡਸਟਰੀ ਨੂੰ ਵੀ ਦੋ ਦਿਨ ਦਾ ਕੱਟ ਹਫ਼ਤੇ ਦਾ ਲੱਗਿਆ ਇੱਕ ਤਾਂ ਉਹਦੇ ਖਿਲਾਫ਼ ਸਾਰੇ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਨਾਲ ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜੀ ਦੋਵਾਂ ਪ੍ਰਧਾਨ ਸਾਹਿਬਾਨਾਂ ਨੇ ਰਲ ਕੇ ਜਿਹੜਾ ਪ੍ਰੋਗਰਾਮ ਦੇਖਿਆ ਸੀ ਉਹਦੇ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਹਰ ਜਿਹੜੇ ਹਲਕੇ ਦੇ ਵਿੱਚ ਵੱਡੇ ਪ੍ਰੋਗਰਾਮ ਜਿਹੜੇ ਆ ਰੋਸ ਮੁਜ਼ਾਹਰਿਆਂ ਦੇ ਕੀਤੇ ਗਏ ਔਰ ਬਹੁਤ ਥਾਵਾਂ ਦੇ ਉੱਤੇ ਨਾਲ ਖਾਸ ਤੌਰ 'ਤੇ ਰੋਪੜ ਦੇ ਵਿੱਚ ਵੀ ਹੋਰ ਵੀ ਥਾਵਾਂ ਦੇ ਉੱਤੇ ਉਹਦੇ ਨਾਲ ਮੁਫਤ ਪੱਖੀ ਸੇਵਾ ਵੀ ਸ਼ੁਰੂ ਕੀਤੀ ਗਈ ਤਾਂ ਜੋ ਸਰਕਾਰ ਨੂੰ ਥੋੜ੍ਹੀ ਬਹੁਤੀ ਦੇਖ ਕੇ ਸੰਗ ਆਵੇ ਕਿ ਉਹ ਸੂਬਾ ਜਿਹੜਾ ਪਾਵਰ ਸਰਪਲਸ ਸੀ ਜਿਹਦੇ ਵਿੱਚ ਜਨਰੇਟਰ ਅਤੇ ਇਨਵਰਟਰ ਵਿਕਣੇ ਬੰਦ ਹੋ ਗਏ ਸੀ ਅੱਜ 18ਵੀਂ ਸਦੀ ਦੇ ਵਿੱਚ ਜਿਵੇਂ ਪੱਖੀਆਂ ਝਲਕੇ ਲੋਕ ਗੁਜ਼ਾਰੇ ਕਰਦੇ ਸੀ ਉਹਨਾਂ ਥਾਵਾਂ ਦੇ ਉੱਤੇ ਫਿਰ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਨਿਕੰਮੀ ਸਰਕਾਰ ਲੈ ਗਈ ਸੋ ਇੱਕ ਵੱਡੀ ਜਾਗਰਤੀ ਮੁਹਿੰਮ ਅੱਜ ਅਸੀਂ ਰੋਪੜ ਤੋਂ ਸ਼ੁਰੂ ਕੀਤੀ ਆ ਕੱਲ੍ਹ ਪਰਖਾਲੀ ਜਾਏਗੀ ਫਿਰ ਕਨੌੜੀ ਜਾਏਗੀ ਔਰ 5 ਤਰੀਕ ਤੋਂ ਇੱਥੇ ਅਸੀਂ ਰੋਪੜ ਹਲਕੇ ਦੇ ਵਿੱਚ ਵੀ ਜਿਹੜੀ ਹੈ ਸਾਡੇ ਦੋਵਾਂ ਪਾਰਟੀਆਂ ਦੇ ਨੌਜਵਾਨ ਵੀ ਇਸ ਮੁਹਿੰਮ ਨੂੰ ਪਿੰਡੋ ਪਿੰਡੀ ਅੱਗੇ ਲੈ ਕੇ ਜਾਣ ਇਹ ਸ਼ਾਹੀ ਖਾਣੇ ਖਾਂਦੇ ਆ ਕੋਈ ਚੰਡੀਗੜ੍ਹ ਖਾਂਦਾ ਅਤੇ ਕੋਈ ਦਿੱਲੀ ਵਾਲੇ ਸ਼ਾਹੀ ਪਰਿਵਾਰਾਂ ਕੋਲ ਜਾ ਕੇ ਬੈਠਦਾ ਅਤੇ ਉੱਥੇ ਗੱਲ ਕਿਉਂ ਨਹੀਂ ਕਰਦੇ ਜ਼ਿੰਮੇਵਾਰੀ ਨਿਭਾਉਣੀ ਕਿਹਨੇ ਆ ਬਿਜਲੀ ਹੈਗੀ ਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਕਰਕੇ ਤੁਹਾਡੇ ਕਰਕੇ ਨਹੀਂ ਆ ਪਰ ਤੁਹਾਡੇ ਕੋਲੋਂ ਮੈਨੇਜ ਨਹੀਂ ਹੋ ਰਿਹਾ ਸਿਸਟਮ ਤੁਸੀਂ ਤਾਂ ਇੰਨੇ ਨਖਿੱਧ ਨਿਕਲੇ ਕਿ ਬਣਿਆ ਹੋਇਆ ਕੰਮ ਜਿਹੜਾ ਉਹਨੂੰ ਤੁਸੀਂ ਚਲਾ ਵੀ ਨਹੀਂ ਸਕੇ ਇੱਕ ਹੁੰਦਾ ਪੁੱਤਰ ਅਤੇ ਅੱਗੋਂ ਸਪੁੱਤਰ ਵੀ ਕਿਸੇ ਨੇ ਚੰਗਾ ਕੰਮ ਕੀਤਾ ਹੁੰਦਾ ਅਤੇ ਉਹ ਮਾਂ ਪਿਓ ਤੋਂ ਅੱਗੇ ਲੈ ਕੇ ਜਾਂਦਾ ਇਹ ਤਾਂ ਬਣੇ ਹੋਏ ਜਿਹੜੀਆਂ ਸਾਡੀਆਂ ਚੀਜ਼ਾਂ ਸੀਗੀਆਂ ਉਹ ਵੀ ਨਸ਼ਟ ਕਰਕੇ ਰੱਖ ਦਿੱਤੀਆਂ ਨੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਦਿੱਤੇ ਉਦੋਂ ਕਹੀ ਗਏ ਕਿ ਜੀ ਵੀ ਜਿਹੜੇ ਐਵੇਂ ਥਰਮਲ ਪਲਾਂਟ ਪ੍ਰਾਈਵੇਟ ਲੱਗ ਗਏ ਹੁਣ ਸਾਰੇ ਚਲਾ ਕੇ ਵੀ ਬਿਜਲੀ ਪੂਰੀ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦਾ ਜਿਹੜਾ ਅੰਦਰਲਾ ਕਮਜ਼ੋਰੀ ਹੈ ਮਿਸਮੈਨੇਜਮੈਂਟ ਹੈ ਉਹ ਸਾਰੀ ਨਹੀਂ ਹੁੰਦੀ ਨੂਰਪੁਰ ਬੇਦੀ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ